ਸੰਸਾਰ ਦਾ ਚੋਣਵਾਂ ਸਾਖੀ ਸਾਹਿਤ ਭਾਗ ਪਹਿਲਾ, ਇਹਨੂੰ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੱਜ ਇਸ ਦਾ ਜੋ ਤੁਹਾਡੇ ਸਨਮੁੱਖ ਇੱਕ ਵਿਸ਼ਾ ਰੱਖਣ ਲੱਗਿਆਂ, ਉਹ ਹੈ ਧਰਮ ਕੇ ਧੰਦਾ, ਭਾਗ ਹੈ 13। ਹਰ ਜੀਵ ਅਚੇਤ ਰੂਪ ਵਿੱਚ ਡਰਦਾ ਹੈ ਬਿਮਾਰੀ ਤੋਂ, ਡਰਦਾ ਹੈ ਦੁਰਘਟਨਾਵਾਂ ਤੋਂ। ਅੱਗ, ਹਵਾ ਅਤੇ ਪਾਣੀ ਤੋਂ ਵੀ ਡਰਦੇ ਹਾਂ ਅਸੀਂ। ਖੌਫ ਜ਼ਿਆਦਾ ਹੈ ਡੈਣਾਂ ਤੋਂ, ਜਿਨ੍ਹਾਂ ਤੋਂ ਭੂਤਾਂ ਪ੍ਰੇਤਾਂ ਤੋਂ। ਭਾਵੇਂ ਇਹਨਾਂ ਪ੍ਰੇਤ ਆਦਿ ਦੀ ਕੋਈ ਹੋਂਦ ਨਹੀਂ ਹੈ, ਪਰ ਖੁਦਗਰਜ ਪੁਜਾਰੀਆਂ ਨੇ ਇਹਨਾਂ ਅਣਹੋਣੀਆਂ ਬਲਾਵਾਂ ਦੀ ਵਾਰ ਵਾਰ ਪ੍ਰੋੜਤਾ ਕਰਕੇ, ਪ੍ਰਚਾਰ ਕਰਕੇ ਇਹਨਾਂ ਨੂੰ ਸੱਚ ਬਣਾ ਕੇ ਸਾਡੇ ਸਾਹਮਣੇ ਪਰੋਸ ਦਿੱਤਾ ਹੈ। ਜਦੋਂ ਕੋਈ ਡਰ ਮਨੁੱਖ ਦੇ ਦਿਮਾਗ ਵਿੱਚ ਧੱਸ ਜਾਵੇ ਤਾਂ ਉਸਨੂੰ ਕੱਢਣਾ ਬਹੁਤ ਔਖਾ ਹੋ ਜਾਂਦਾ ਹੈ। ਜਦੋਂ ਮਨੁੱਖੀ ਗਿਆਨ ਅਜੇ ਮੁੱਢਲੇ ਪੜਾਵਾਂ ਵਿੱਚੋਂ ਦੀ ਲੰਘ ਰਿਹਾ ਸੀ, ਤਦੋਂ ਹੀ ਮੌਕਾ ਪ੍ਰਸਤ ਚਤਰ ਵਿਅਕਤੀਆਂ ਨੇ ਘੱਟ ਅਕਲ ਵਾਲਿਆਂ ਨੂੰ ਕੁਰਾਹੇ ਪਾਉਣਾ ਅਤੇ ਲੁੱਟ ਕੇ ਖਾਣਾ ਵਾਲਾ ਮੰਦਾ ਕਰਮ ਚਾਲੂ ਕਰ ਲਿਆ ਸੀ। ਅੱਗ ਡਰਾਉਂਦੀ ਹੈ, ਨੁਕਸਾਨ ਕਰਦੀ ਹੈ, ਇਸ ਦੀ ਪੂਜਾ ਕਰੋ। ਪਾਣੀ ਡੋਬ ਦਿੰਦਾ ਹੈ, ਹੜ੍ਹ ਆਉਂਦੇ ਹਨ, ਇਸ ਪਾਣੀ ਦੇਵਤਾ ਦੀ ਵੀ ਪੂਜਾ ਕਰੋ। ਕਈ ਦੇਸ਼ਾਂ ਵਿੱਚ ਸ਼ੇਰ ਦੀ ਪੂਜਾ ਹੋ ਰਹੀ ਹੈ, ਕਿਧਰੇ ਮਗਰਮੱਛ ਨੂੰ ਲੋਕ ਗੁਰੂ ਧਾਰਨ ਕਰੀ ਬੈਠੇ ਨੇ। ਦੋ ਦਾਣੇ, ਦੋ ਪੈਸੇ ਜਾਂ ਕੋਈ ਮੰਤਰ ਇਹਨਾਂ ਦੇਵਤਿਆਂ ਨੂੰ ਅਰਪਣ ਜ਼ਰੂਰ ਕਰੋ, ਬਾਕੀ ਮਾਲ ਮੱਤਾ ਪੁਜਾਰੀਆਂ ਦੇ ਹਵਾਲੇ ਕਰ ਦਿਓ। ਜਿੰਨੇ ਕੁ ਲੋਕ ਸਿਆਣੇ ਹੋ ਕੇ ਪੁਜਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਪੁਜਾਰੀ ਤਬਕਾ ਉਸ ਤੋਂ ਵਧੀਆ ਦਿਲ ਖਿੱਚਵਾਂ ਕੋਈ ਹੋਰ ਤਰੀਕਾ ਵਿਕਸਿਤ ਕਰ ਲੈਂਦੇ ਸਨ। ਧੋਖੇ ਤੋਂ ਬਚ ਕੇ ਜਾਣ ਵਾਲੇ ਥੋੜ੍ਹੇ, ਧਾਰਮਿਕ ਠੱਗੀ ਦਾ ਸ਼ਿਕਾਰ ਹੋਣ ਵਾਲੇ ਬਹੁਤੇ ਸਨ। ਸ਼ਾਇਦ ਦੁਨੀਆ ਦਾ ਸਭ ਤੋਂ ਵੱਧ ਪੈਸਾ ਧਰਮ ਦੇ ਕਾਰੋਬਾਰ ਵਿੱਚ ਲਾ ਦਿੱਤਾ ਗਿਆ ਹੈ ਜਾਂ ਪੁਜਾਰੀਆਂ ਨੇ ਲਗਵਾ ਦਿੱਤਾ ਹੈ। ਪੁਜਾਰੀ ਵਰਗ ਨੇ ਆਪਣੀ ਧਾਰਮਿਕ ਅਕਲ ਰਾਹੀਂ ਲੋਕਾਂ ਨੂੰ ਅਜਿਹਾ ਦੀਵਾਨਾ ਬਣਾਇਆ ਕਿ ਲੋਕਾਂ ਨੇ ਪੱਥਰਾਂ ਨੂੰ ਰੱਬ ਜਾਣ ਕੇ ਪੂਜਿਆ, ਅਰਬਾਂ ਖਰਬਾਂ ਰੁਪਏ ਮੂਰਤੀਆਂ ਅੱਗੇ ਅਰਪਣ ਕਰ ਦਿੱਤੇ। ਮੂਰਤੀ ਥਾਂ ਟਿਕੀ ਹੋਈ ਹੈ, ਰੱਬ ਨੂੰ ਪੈਸੇ ਦੀ ਕੋਈ ਭੁੱਖ ਨਹੀਂ ਹੈ, ਸਾਰਾ ਮਾਲ ਮੱਤਾ ਪੁਜਾਰੀਆਂ ਦੇ ਪੇਟ ਵਿੱਚ ਪੈਂਦਾ ਗਿਆ। ਹੌਲੀ ਹੌਲੀ ਮੂਰਤੀਆਂ ਚਾਂਦੀ ਦੀਆਂ ਬਣ ਗਈਆਂ, ਫਿਰ ਸੋਨੇ ਦੀਆਂ ਬਣ ਗਈਆਂ। ਲੋਕਾਂ ਨੇ ਆਪਣੇ ਤਨ ਤੋਂ ਸੋਨਾ ਉਤਾਰ ਕੇ ਮੂਰਤੀਆਂ ਅੱਗੇ ਭੇਟ ਕਰ ਦਿੱਤਾ। ਫਿਰ ਮੰਦਰਾਂ ਦੇ ਦਰਵਾਜ਼ੇ ਸੋਨੇ ਦੇ ਬਣ ਲੱਗੇ, ਕਈ ਥਾਈਂ ਤਾਂ ਪੂਰਾ ਮੰਦਰ ਜਾਂ ਗੁਰਦੁਆਰਾ ਹੀ ਸੋਨੇ ਵਿੱਚ ਮੜ ਦਿੱਤਾ ਗਿਆ। ਪੁਜਾਰੀਆਂ ਲਈ ਪਲੰਘ ਅਤੇ ਪਾਲਕੀਆਂ ਸੋਨੇ ਦੀਆਂ ਬਣਨ ਲੱਗੀਆਂ। ਆਪਣੀਆਂ ਜਵਾਨ ਬੇਟੀਆਂ ਭਗਵਾਨ ਨਿਮਿੱਤ ਧਰਮ ਮੰਦਰਾਂ ਵਿੱਚ ਦਾਨ ਕੀਤੀਆਂ ਜਾਣ ਲੱਗੀਆਂ। ਡਰਦੇ ਮਾਰੇ ਲੋਕਾਂ ਨੇ ਸਭ ਕੁਝ ਨਿਛਾਵਰ ਕਰ ਦਿੱਤਾ, ਕਿਤੇ ਭਗਵਾਨ ਜੀ ਨਾਰਾਜ਼ ਨਾ ਸਾਡੇ 'ਤੇ ਹੋ ਜਾਣ। ਉਹਨਾਂ ਨੂੰ ਖੁਸ਼ ਕਰਨ ਵਾਸਤੇ ਅਸੀਂ ਸਭ ਕੁਝ ਦੇ ਰਹੇ ਹਾਂ। ਪੁਜਾਰੀ ਟੋਲੇ ਨੇ ਯਕੀਨ ਦਵਾਇਆ ਕਿ ਤੁਸੀਂ ਜਿੰਨਾ ਦਾਨ ਕਰੋਗੇ ਅੱਗੇ ਜਾ ਕੇ ਉਸ ਤੋਂ ਹਜ਼ਾਰਾਂ ਗੁਣਾ ਵੱਧ ਪ੍ਰਾਪਤ ਕਰ ਲਓਗੇ। ਦੇਵਤਾ ਜੀ, ਭਗਵਾਨ ਜੀ ਬੜੇ ਦਿਆਲੂ ਹਨ, ਸੇਵਕਾਂ ਦੇ ਭੰਡਾਰ ਨੱਕੋ ਨੱਕ ਭਰ ਦਿੰਦੇ ਹਨ। ਸੇਵਕਾਂ ਨੇ ਇਹ ਵੀ ਨਾ ਪੁੱਛਿਆ ਕਿ ਅੱਗੇ ਦਾ ਅਰਥ ਕੀ ਹੋਇਆ ਜੀ, ਇਸੇ ਜਨਮ ਵਿੱਚ ਅੱਗੇ ਜਾ ਕੇ ਸਾਨੂੰ ਹੀ ਮਿਲ ਜਾਵੇਗਾ ਜਾਂ ਸਾਡੀ ਔਲਾਦ ਨੂੰ
ਕਿਸੇ ਲਈ ਅਗਲੇ ਪਿਛਲੇ ਲੋਕ ਪ੍ਰਲੋਕ ਵਿੱਚ ਮਿਲੇਗਾ। ਕਿਸੇ ਦੀ ਹਿੰਮਤ ਨਹੀਂ ਸੀ ਸਵਾਲ ਕਰਨ ਦੀ। ਜੇ ਕੋਈ ਸਿਰ ਫਿਰਿਆ ਇਨਸਾਨ ਸਵਾਲ ਕਰ ਲੈਂਦਾ ਤਾਂ ਉਸਨੂੰ ਨਰਕਾਂ ਦਾ ਕੀੜਾ, 84 ਦਾ ਖਾਜਾ, ਨਾਸਤਕ, ਪਾਪੀ ਜਾਂ ਧਰਮ ਦੋਖੀ ਕਹਿ ਕੇ ਦੁਰਕਾਰਿਆ ਜਾਂਦਾ, ਫਿਟਕਾਰਿਆ ਜਾਂਦਾ। ਸਿਰ ਸੁੱਟ ਕੇ ਸਭ ਕੁਝ ਬਰਦਾਸ਼ਤ ਕਰਨ ਤੋਂ ਸਿਵਾਏ ਹੋਰ ਕੋਈ ਆਮ ਲੋਕਾਂ ਲਈ ਰਾਹ ਨਹੀਂ ਸੀ। ਰਾਜਿਆਂ ਦੇ ਰਾਜ ਦਾਨ ਵਿੱਚ ਲੈ ਲਏ ਪੁਜਾਰੀਆਂ ਨੇ, ਇਹਦੇ ਗੁਰਬਾਣੀ ਵਿੱਚੋਂ ਬਹੁਤ ਹਵਾਲੇ ਮਿਲਦੇ ਨੇ। ਰਾਣੀਆਂ ਦਾਨ ਵਿੱਚ ਪ੍ਰਾਪਤ ਕਰ ਲਈਆਂ। ਜਜਮਾਨ ਜੀ ਫਿਕਰ ਨਾ ਕਰੋ, ਅਗਲੇ ਜਹਾਨ ਵਿੱਚ ਅਤੀ ਸੁੰਦਰ ਮੋਹਣੀਆਂ ਮਨਮੋਹਣੀਆਂ ਪਰੀਆਂ ਤੁਹਾਡਾ ਸਵਾਗਤ ਕਰਨ ਲਈ ਨੈਣ ਵਿਛਾ ਕੇ ਬਾਹਾਂ ਫੈਲਾ ਕੇ ਇੰਤਜ਼ਾਰ ਕਰ ਰਹੀਆਂ ਹਨ। ਬਹੁਤ ਬੇਅੰਤ ਹੈ ਇਹ ਧਰਮ ਵਾਲਾ ਕਾਰੋਬਾਰ। ਲੋਕ ਖੇਤਾਂ ਵਿੱਚ, ਫੈਕਟਰੀਆਂ ਵਿੱਚ, ਦੁਕਾਨਦਾਰੀ ਵਿੱਚ, ਮਜ਼ਦੂਰੀ ਵਿੱਚ ਸਾਰੀ ਉਮਰ ਖੂਨ ਪਸੀਨਾ ਇੱਕ ਕਰਦੇ ਰਹਿੰਦੇ ਨੇ, ਫਿਰ ਵੀ ਗੁਜ਼ਾਰਾ ਹੀ ਮਸਾਂ ਚੱਲਦਾ ਹੈ। ਪਰ ਧਰਮ ਵਾਲੇ ਧੰਦੇ ਵਿੱਚ ਉੱਲੂ ਬਣਾਓ, ਲੁੱਟ ਕੇ ਖਾਓ, ਅਗਲੇ ਜਨਮਾਂ ਦੇ ਲਾਰੇ ਲਾਓ ਅਤੇ ਐਸ਼ ਉਡਾਓ। ਲੋਕ ਮਿਹਨਤ ਕਰਦੇ ਹਨ, ਪੁਜਾਰੀ ਸਿਰਫ ਅਰਦਾਸ ਕਰਦੇ ਹਨ। ਲੋਕ ਖੇਤੀ ਕਰਦੇ ਹਨ, ਪੁਜਾਰੀ ਕੇਵਲ ਸਿਮਰਨ ਕਰਦੇ ਹਨ। ਲੋਕ ਵਪਾਰ ਕਰਦੇ ਹਨ, ਪੁਜਾਰੀ ਕੇਵਲ ਮੰਤਰ ਪੜ੍ਹਦੇ ਹਨ। ਲੋਕ ਦੁਕਾਨਦਾਰੀਆਂ ਕਰਦੇ ਹਨ, ਪੁਜਾਰੀ ਉਹਨਾਂ ਲਈ ਅਰਦਾਸਾਂ ਕਰਦੇ ਹਨ। ਲੋਕ ਦਿਨ ਰਾਤ ਦੌੜਦੇ ਹਨ, ਪੁਜਾਰੀ ਚੌਂਕੜਾ ਮਾਰ ਕੇ ਬੈਠ ਜਾਂਦੇ ਹਨ। ਲੋਕ ਚਾਰੇ ਬੰਨੇ ਚੁਕੰਨੇ ਹੋ ਕੇ ਅੱਖਾਂ ਖੋਲ੍ਹ ਕੇ ਚੱਲਦੇ ਹਨ, ਪੁਜਾਰੀ ਲੋਕ ਅੱਖਾਂ ਬੰਦ ਕਰਕੇ ਮਾਲਾ ਫੇਰਦੇ ਹਨ। ਬਾਕੀ ਸਾਰੇ ਕਾਰੋਬਾਰਾਂ ਵਿੱਚੋਂ ਮਨੁੱਖ ਇਸੇ ਜਨਮ ਵਿੱਚ ਨਫ਼ਾ ਜਾਂ ਨੁਕਸਾਨ ਪ੍ਰਾਪਤ ਕਰਦਾ ਹੈ। ਸਿਰਫ ਧਰਮ ਹੀ ਹੈ ਜਿੱਥੇ ਅਗਲੇ ਜਨਮ ਦੇ ਲਾਰੇ ਲਾਏ ਜਾਂਦੇ ਹਨ। ਧਰਮ ਇੱਕ ਧੰਦਾ ਹੀ ਵੀ ਹੈ ਅਤੇ ਧਰਮ ਇੱਕ ਗੋਰਖ ਧੰਦਾ ਵੀ ਹੈ। ਦਾਨ ਇਸ ਜਨਮ ਵਿੱਚ, ਮੁਨਾਫਾ ਅਗਲੇ ਜਨਮ ਵਿੱਚ। ਕੋਈ ਜਵਾਬਦੇਹੀ ਨਹੀਂ ਹੈ, ਮਾਲ ਦੀ ਵਾਪਸੀ ਨਹੀਂ, ਕੰਮ ਪੂਰਾ ਹੋਣ ਦੀ ਕੋਈ ਗਰੰਟੀ ਨਹੀਂ। ਸਾਰੇ ਕਿਧਰੇ ਰੱਬ ਦੇ ਆਸਰੇ, ਰੱਬ ਦੇ ਨਾਂ 'ਤੇ ਖਰਬਾਂ ਦਾ ਵਪਾਰ ਚੱਲ ਰਿਹਾ ਹੈ। ਕਰੋੜਾਂ ਲੋਕ ਰੋਜ਼ੀ ਰੋਟੀ ਕਮਾ ਰਹੇ ਹਨ। ਬਹੁਤ ਸਾਰੇ ਲੋਕਾਂ ਨੂੰ ਅਗਲੇ ਜਨਮ ਦੀਆਂ ਟਿਕਟਾਂ ਕੱਟ ਕੇ ਫੜਾ ਰਹੇ ਹਨ। ਦੇਸ਼ ਦਾ ਬਾਦਸ਼ਾਹ ਹੋਵੇ, ਕੋਈ ਵਿਅਕਤੀ ਆਪਣੀ ਯੋਗਤਾ ਨਾਲ ਉਸ ਨੂੰ ਖੁਸ਼ ਕਰ ਲਵੇ, ਤਦੋਂ ਜੇ ਬਾਦਸ਼ਾਹ ਆਖੇ ਇਸ ਨੂੰ 1 ਕਿਲੋ ਸੋਨਾ ਦੇ ਦਿਓ, ਇਸ ਨੂੰ ਸੁੰਦਰ ਘੋੜਾ ਦੇ ਦਿਓ, ਇਸ ਨੂੰ 1 ਰਾਜ ਦਾ ਸੂਬੇਦਾਰ ਨਿਯੁਕਤ ਕਰ ਦਿਓ, ਇਸ ਭਲੇ ਮਨੁੱਖ ਨੂੰ ਡਿਪਟੀ ਕਮਿਸ਼ਨਰ ਲਾ ਦਿਓ, ਅਮਕੇ ਵਿਅਕਤੀ ਨੂੰ 5 ਲੱਖ 10 ਲੱਖ ਰੁਪਏ ਇਨਾਮ ਦੇ ਦਿਓ। ਮਹਾਰਾਜੇ ਦੇ ਹੁਕਮ ਕਰਨ ਦੀ ਦੇਰ ਹੈ ਕਿ ਸਾਰੇ ਕੰਮ ਤੁਰੰਤ ਹੋਣ ਲੱਗ ਪੈਂਦੇ ਹਨ। ਰਾਜਾ ਇਹ ਨਹੀਂ ਕਹਿੰਦਾ ਕਿ ਭਾਈ ਮੈਂ ਤੈਨੂੰ ਅਗਲੇ ਜਨਮ ਵਿੱਚ DC ਲਾਵਾਂਗਾ, ਅਗਲੇ ਜਨਮ ਵਿੱਚ ਹੀ ਤੈਨੂੰ ਮੈਂ ਰੁਪਈਏ ਦਿਆਂਗਾ। ਕਿੰਨੇ ਕੁ ਦਿਨ ਰਾਜੇ ਦੀ ਆਖੀ ਦਾ ਕੋਈ ਸੱਚ ਮੰਨੇਗਾ? ਥੋੜ੍ਹੇ ਹੀ ਦਿਨਾਂ ਵਿੱਚ ਰਾਜੇ ਨੂੰ ਢੌਂਗੀ, ਪਖੰਡੀ, ਝੂਠਾ ਅਤੇ ਮਕਾਰ ਆਦਿ ਕਹਿਣ ਲਈ ਸਾਨੂੰ ਮਜਬੂਰ ਹੋਣਾ ਪਵੇਗਾ। ਹਰ ਇੱਕ ਦਿਆਨਤਦਾਰ ਮਨੁੱਖ ਜੋ ਵਚਨ ਕਰਦਾ ਹੈ ਉਸ ਨੂੰ ਪੂਰਾ ਕਰਨ ਲਈ ਪੂਰੀ ਵਾਹ ਲਾਉਂਦਾ ਹੈ। ਧਰਮ ਮੰਦਰਾਂ ਵਿੱਚ ਕਾਬਜ ਹੋਏ ਲੋਕ ਨਿਤ ਦਿਨ ਝੂਠੇ ਵਾਅਦੇ ਕਰਦੇ ਹਨ, 84 ਲੱਖ ਜੂਨਾਂ ਤੋਂ ਮੁਕਤ ਕਰਾਉਣ ਦੇ ਵਾਅਦੇ ਕਰਦੇ ਹਨ, ਸੁਰਗ ਦੀ
ਟਿਕਟ ਕੱਟ ਕੇ ਦਿੰਦੇ ਹਨ। ਪਰੀਆਂ ਦੇ ਮੁਸਕਰਾਉਂਦੇ ਚਿਹਰੇ ਇੰਤਜ਼ਾਰ ਕਰਦੇ ਬਿਆਨ ਕਰਦੇ ਹਨ, ਜੋ ਮੰਗੋਗੇ ਸੁਰਗ ਵਿੱਚ ਉਹੀ ਪ੍ਰਾਪਤ ਹੋਵੇਗਾ। ਨਰਕਾਂ ਦੇ ਭਿਆਨਕ ਤਸੀਹੇ ਬਿਆਨਦੇ ਹਨ। ਉੱਥੇ ਰਾਕਸ਼ ਲੋਕ ਤੇਲ ਦੇ ਕੜਾਹਿਆਂ ਵਿੱਚ ਮਨੁੱਖਾਂ ਨੂੰ ਉਬਾਲ ਕੇ ਖਾ ਜਾਂਦੇ ਹਨ। ਮੁੱਕਦੀ ਗੱਲ ਕਿ ਪੁਜਾਰੀ ਤਬਕਾ ਧਰਤੀ ਦੀ ਗੱਲ ਨਹੀਂ ਕਰਦਾ, ਕਿਸੇ ਕਲਪਤ ਉੱਪਰਲੇ ਲੋਕ ਦੀ ਗੱਲ ਵੱਧ ਤੋਂ ਵੱਧ ਕਰਦਾ ਹੈ। ਇੱਥੋਂ ਦੇ ਲੋਕਾਂ ਨੂੰ ਸੁੱਖ ਇੱਥੇ ਕਿਵੇਂ ਦਿੱਤਾ ਜਾ ਸਕਦਾ ਹੈ ਪੁਜਾਰੀ ਨਹੀਂ ਜਾਣਦਾ, ਪਰ ਅਗਲੇ ਜਨਮ ਦਾ ਲਾਰਾ ਜ਼ਰੂਰ ਲਾਉਂਦਾ ਹੈ। ਜਿਉਂਦੇ ਜੀ ਬੰਧਨਾਂ ਤੋਂ ਮੁਕਤੀ ਨਹੀਂ ਦਿਵਾਉਂਦਾ, ਸਗੋਂ ਮਰਨ ਤੋਂ ਬਾਅਦ ਕਿਸੇ ਅਗਲੇ ਲੋਕ ਜਾਂ ਅਗਲੇ ਜਨਮ ਵਿੱਚ ਮੁਕਤੀ ਮਿਲੇਗੀ ਦਾ ਲਾਰਾ ਲਾਉਂਦਾ ਹੈ। ਬਹੁਤੀ ਵਾਰੀ ਅਰਦਾਸਾਂ ਵਿੱਚ ਝੂਠਾ ਵਿਸ਼ਵਾਸ ਵੀ ਦਿਵਾਉਂਦਾ ਹੈ ਕਿ ਅਮਕਾ ਸਿੰਘ ਜੀਵਨ ਯਾਤਰਾ ਸਮਾਪਤ ਕਰਕੇ ਹੇ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਪੁੱਜੇ ਹਨ, ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਦੇਣਾ ਜੀ। ਪਾਠਕ ਜਨੋ ਗੌਰ ਫਰਮਾਓ, ਦੁਕਾਨਦਾਰ ਤੋਂ ਲੋੜੀਂਦੀਆਂ ਵਸਤਾਂ ਖਰੀਦ ਕੇ ਆਖੀਏ, ਪੈਸੇ ਅਗਲੇ ਜਨਮ ਵਿੱਚ ਦੇਵਾਂਗੇ। ਦੁਕਾਨਦਾਰ ਕੁਰਲਾਏਗਾ, ਰੱਖਦੇ ਸਾਰਾ ਸਮਾਨ ਇੱਥੇ ਹੀ, ਜੇ ਪੈਸੇ ਅਗਲੇ ਜਨਮ ਵਿੱਚ ਤਾਂ ਸਮਾਨ ਵੀ ਅਗਲੇ ਜਨਮ ਵਿੱਚ ਹੀ ਫਿਰ ਲੈ ਲਵੀਂ। ਮੈਂ ਜ਼ਮੀਨ ਵੇਚਣ ਦੀ ਲਿਖਤ ਕਰਕੇ ਚੰਗੀ ਮੋਟੀ ਰਕਮ ਪ੍ਰਾਪਤ ਕਰਕੇ ਜ਼ਮੀਨ ਦਾ ਕਬਜ਼ਾ ਦੂਜੀ ਧਿਰ ਨੂੰ ਨਾ ਦਿਆਂ ਅਤੇ ਆਖਾਂ ਜ਼ਮੀਨ ਦਾ ਕਬਜ਼ਾ ਅਗਲੇ ਜਨਮ ਵਿੱਚ ਮਿਲੇਗਾ ਜੀ। ਸੰਬੰਧਿਤ ਵਿਅਕਤੀ ਜਾਂ ਖੁਦ ਮਰੇਗਾ ਜਾਂ ਮੈਨੂੰ ਮਾਰ ਦੇਵੇਗਾ। ਹਰ ਤਰ੍ਹਾਂ ਦੇ ਕਾਰੋਬਾਰ ਇੱਥੇ ਹੀ ਇਸੇ ਜਨਮ ਵਿੱਚ ਹੁੰਦੇ ਹਨ। ਸਿਰਫ ਪੁਜਾਰੀ ਟੋਲੇ ਹਨ ਜੋ ਅਗਲੇ ਜਨਮਾਂ ਦੇ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਸਦੀਆਂ ਤੋਂ ਲੁੱਟਦੇ ਆ ਰਹੇ ਹਨ। ਮਰ ਗਏ ਪ੍ਰਾਣੀ ਲਈ ਅਸੀਂ ਹਵਨ ਕਰਦੇ ਹਾਂ, ਚੜ੍ਹਾਈ ਕਰ ਗਏ ਵਿਅਕਤੀ ਲਈ ਅਸੀਂ ਅਖੰਡ ਪਾਠ ਕਰਦੇ ਹਾਂ, ਅਸੀਂ ਅਰਦਾਸ ਕਰਕੇ ਮੁਕਤੀ ਦਿਵਾਉਂਦੇ ਹਾਂ। ਤੁਸੀਂ ਅੱਖਾਂ ਬੰਦ ਕਰ ਲਓ, ਬਸ ਦਾਨ ਕਰੀ ਚੱਲੋ, ਬਾਕੀ ਸਭ ਕੁਝ ਸਾਡੇ 'ਤੇ ਛੱਡ ਦਿਓ। ਧਰਮ ਇੱਕ ਬਹੁਤ ਵੱਡਾ ਕਾਰੋਬਾਰ ਜਾਂ ਵਪਾਰ ਬਣ ਚੁੱਕਿਆ ਹੈ, ਜਿਸ ਅਗਲੇ ਜਨਮ ਬਾਰੇ ਪੁਜਾਰੀ ਖੁਦ ਕੁਝ ਨਹੀਂ ਜਾਣਦੇ, ਉਸ ਬਾਰੇ ਘੰਟਿਆਂ ਬੱਧੀ ਬੋਲਦੇ ਰਹਿੰਦੇ ਨੇ, ਜੋ ਨਿਰਾ ਕੁਫਰ ਹੀ ਕੁਫਰ ਹੁੰਦਾ ਹੈ। ਸੰਗਤਾਂ ਨੂੰ ਸੁਚੇਤ ਹੋਣਾ ਪਵੇਗਾ, ਅਜਿਹੇ ਝੂਠ ਨੂੰ ਸਟੇਜਾਂ ਤੋਂ ਬੰਦ ਕਰਨਾ ਪਵੇਗਾ। ਅਸੀਂ ਜੋ ਕੁਝ ਲੈਣਾ ਹੈ ਇਸੇ ਧਰਤੀ 'ਤੇ ਇਸੇ ਜਨਮ ਵਿੱਚ ਲੈਣਾ ਹੈ। ਇਸ ਵਾਸਤੇ ਪੁਜਾਰੀਆਂ ਦੀਆਂ ਠੱਗੀਆਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਗੁਰਬਾਣੀ ਸਾਨੂੰ ਇਹਨਾਂ ਠੱਗੀਆਂ ਤੋਂ ਸਾਵਧਾਨ ਕਰਦੀ ਹੈ। ਗਿਆਨੀ ਧਿਆਨੀ ਬਹੁ ਉਪਦੇਸੀ, ਇਹ ਜਗ ਸਗਲੋ ਧੰਦਾ, ਕਹਿ ਕਬੀਰ ਇੱਕ ਰਾਮ ਨਾਮ ਬਿਨ ਇਹ ਜਗ ਮਾਇਆ ਅੰਧਾ। ਗਿਆਨੀ ਧਿਆਨੀ ਬਹੁ ਉਪਦੇਸੀ, ਇਹ ਜਗ ਸਗਲੋ ਧੰਦਾ, ਕਹਿ ਕਬੀਰ ਇੱਕ ਰਾਮ ਨਾਮ ਬਿਨ ਇਹ ਜਗ ਮਾਇਆ ਅੰਧਾ। ਪੰਨਾ 338। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।